मामला से 14 तरीक तो लगातार जिहड़ा हड्डा रोड़ी वाला मसला कलो दे ते वड्डे मोड़ां दे रस्ते दे विचाले जिहड़ा मंडी नूं रस्ता आउंदा जदों आवारा गईआं पशुआं नूं बीमारी पै गई बहुत वड्डी पद्धर ते उत्थे हज़ारां दी गिणती च पशु है जिहड़े 10-10 15-15 ट्रक जांदे सी आसे पासे बदबू फैल गई इक परिवार दे बच्चे सारे बीमार हो गए पशु मर गए इहदे संबंध च असीं इत्थे डिप्टी साहब नूं तहसीलदार साहब नूं मिल के भी गए कि उहनूं बंद करो पर उह बंदा है जिहड़ा ਉਹਨੂੰ ਕਿਹੜੇ ਪਾਸਿਓਂ ਛਾਇ ਹੈ ਹਾਲਾਂਕਿ ਉਹਦਾ ਲਿਖਤੀ ਤੌਰ 'ਤੇ ਵੀ ਉਹਦੇ ਕੋਲ ਕੋਈ ਚੀਜ਼ ਸਬੂਤ ਨਹੀਂ ਹੈਗਾ ਰਸਤਾ ਦੋ ਪਿੰਡਾਂ ਦਾ ਬੰਦ ਕਰਤਾ ਛੋਟੀ ਕੋਟਲੀ ਹੈ ਜਿਹੜੀ ਇਕੱਲੋ ਹੈ ਉਹ ਰਸਤਾ ਛੱਡਤਾ ਉਹਨਾਂ ਨੇ ਬਹੁਤ ਵੱਡੇ ਵੱਡੇ ਕੁੱਤੇ ਹੈ ਬੱਚਿਆਂ ਨੂੰ ਸਮੱਸਿਆ ਪੜ੍ਹਨ ਵਾਲਿਆਂ ਨੂੰ ਇਹਦੀ ਮੰਗ ਕਰਨ ਅੱਜ ਅਸੀਂ ਦਫ਼ਤਰ ਮੋੜ ਆਏ ਹੋਏ ਹਾਂ ਕਿ ਇਹ ਜਿਹੜੀ ਹੱਡਾ ਰੋੜੀ ਹੈ ਉਹ ਬਦਲ ਕੇ ਕਿਸੇ ਠੀਕ ਜਗ੍ਹਾ 'ਤੇ ਜਿੱਥੇ ਕਿਸੇ ਨੂੰ ਸਮੱਸਿਆ ਕੋਈ ਨਾ ਆਵੇ ਉਹੀ ਜਗ੍ਹਾ 'ਤੇ ਲਿਆਂਦੀ ਜਾਵੇ ਰਸਤਿਆਂ ਦੇ ਉੱਤੇ ਹੱਡਾ ਰੋੜੀਆਂ ਨਾ ਹੋਣ ਕਿਉਂਕਿ ਅਵਾਰਾ ਕੁੱਤੇ ਉਹਦੇ ਨਾਲ ਹੀ ਕੱਸੀ ਜਾਂਦੀ ਹੈ ਜਿਹਦੇ 'ਚੋਂ ਅਸੀਂ ਪਾਣੀ ਪੀਂਦੇ ਹਾਂ ਸਾਰੇ ਆ ਮੋੜ ਮੰਡੀ ਨੂੰ ਵੀ ਆਉਂਦਾ ਛੋਟੇ ਮੋੜਾਂ ਨੂੰ ਆਉਂਦਾ ਸਾਡੇ ਪਿੰਡ ਮੋੜ ਚੜਸੀ ਨੂੰ ਵੀ ਆਉਂਦਾ ਹੈ ਹੱਡ ਖਿੱਚ ਖਿੱਚ ਕੇ ਵਿੱਚ ਲਈ ਫਿਰਦੇ ਆ ਇਸ ਲਈ ਉਹ ਹੱਡਾ ਰੋੜੀ ਬੰਦ ਕਰਾਉਣ ਦੀ ਖਾਤਰ ਅੱਜ SDM ਦਫ਼ਤਰ ਦੇ ਮੂਹਰੇ ਧਰਨਾ ਦੇਣ ਵਾਸਤੇ ਆਏ ਹਾਂ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਕ ਅਗਲਾ ਸੰਘਰਸ਼ ਕਰੀਏ ਨਾ ਚੱਕੀ ਗਈ ਤੇ ਅਗਲਾ ਸੰਘਰਸ਼ ਕੀ ਹੈ ਤੁਹਾਡਾ ਦੇਖੋ ਜੇ ਨਾ ਚੱਕੀ ਗਈ ਇਹਦਾ ਸੇਕ ਹੈ ਇਹ ਸਰਕਾਰ ਤੇ ਘਰ ਜਾਣਾ ਹਰ ਹਾਲਤ ਹੱਡਾ ਰੋੜੀ ਚਕਾ ਕੇ ਸਾਹ ਲੈਣਾ ਕਿਸੇ ਵੀ ਹਾਲਤ 'ਚ ਇਹ ਸੋਚ ਲੈਣ ਵੀ ਹੱਡਾ ਰੋੜੀ ਚੱਕੇ ਬਣਾ ਅਸੀਂ ਨਾ ਖੜਾ ਛੱਡ ਦਿਆਂਗੇ 14 ਤਰੀਕ ਤੋਂ ਬੈਠੇ ਹਾਂ ਪਹਿਲਾਂ ਸਧਾਰਨ ਬੈਠੇ ਹਾਂ ਇੱਕ ਵਾਰੀ ਮੁਜ਼ਾਰਾ ਵੀ ਕਰਤਾ ਮੋਟਰਸਾਈਕਲ ਮੁਜ਼ਾਰਾ ਇਦੋਂ ਅਗਲਾ ਐਕਸ਼ਨ ਹੈ ਜਿਹੜਾ ਉਹ ਕਸਮਾ ਹੋਊਗਾ ਇਹਨਾਂ ਦੀ ਗਲ ਦੀ ਹੱਡੀ ਬਣ ਜਾਊਗਾ ਹੱਡਾ ਰੋੜੀ ਹਰ ਹਾਲਤ ਬੰਦ ਕਰਾ ਕੇ ਰਹਾਂਗੇ ਮੌੜ ਏਰੀਏ ਦੇ ਕੁਝ ਪਿੰਡਾਂ ਦਾ ਹੈਗਾ ਮਸਲਾ ਤੇ ਨਾਲ ਸਾਡੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੱਲੋ ਕੋਟਲੀ ਜਾਂ ਹੋਰ 3-4 ਪਿੰਡ ਹੈ ਵੱਡੀ ਸਮੱਸਿਆ ਹੈ ਕਿ ਇਸ ਪਿੰਡ ਦੇ ਵਿੱਚ ਹੱਡਾ ਰੋੜੀ ਬਣੀ ਹੈ ਜਿੱਥੇ ਬਹੁਤ ਜਾਣੀ ਤਕਲੀਫ ਇਲਾਕੇ ਦੇ ਲੋਕਾਂ ਨੂੰ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਨੇੜਲੇ ਇਲਾਕੇ ਦੇ ਲੋਕ ਆ ਜਿਹੜੇ ਉਹ ਤਾਂ ਹੈਗੇ ਬਦਬੂ ਇੰਨੀ ਮਾਰਦੀ ਆ ਮਤਲਬ ਖੜਿਆ ਨਹੀਂ ਜਾਂਦਾ ਘਰਾਂ ਦੇ ਵਿੱਚ ਰਹਿਣਾ ਔਖਾ ਉਹਨਾਂ ਨੂੰ ਅਤੇ ਉੱਥੇ ਕੱਲੋ ਦਾ ਅਤੇ ਕੂਟੀ ਦਾ ਰਸਤਾ ਵੀ ਉੱਥੋਂ ਜਾਂਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਖਾਲੀ ਹੱਥ 2-3 ਬੰਦੇ ਉਹ ਤੁਰ ਕੇ ਤੁਸੀਂ ਲੰਘ ਜਾਣਾ ਅਤੇ ਬੱਚੇ ਦਾ ਮਤਲਬ ਖਾਧੇ ਬਿਨਾਂ ਉਹ ਸੜਦੇ ਹੈ ਨਹੀਂ ਇੰਨੇ ਖਾਰ ਕੁੱਤੇ ਆ ਜਿਨ੍ਹਾਂ ਦੇ ਮੂੰਹ ਨੂੰ ਹਰ ਵਕਤ ਲਹੂ ਜਾਂ ਮਾਸ ਲੱਗਦਾ ਹੈ ਤਾਂ ਉੱਥੋਂ ਦੀ ਕੋਈ ਬੰਦਾ ਲੰਘ ਜਾਏ ਔਰਤ ਲੰਘ ਜਾਏ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਇਲਾਕੇ ਦੇ ਅਤੇ ਸਾਡੇ ਮਾਨਸਾ ਜ਼ਿਲ੍ਹੇ ਦੇ ਕੁਛ ਪਿੰਡਾਂ ਵੱਲੋਂ ਸੰਬੰਧਿਤ ਅਫਸਰਾਂ ਨੂੰ ਬੇਨਤੀਆਂ ਕਰ ਲਈਆਂ ਕਿ ਉਹ ਹੱਡਾ ਰੂੜੀ ਚੁਕਾ ਦਿਓ ਪਰ ਕਿਉਂ ਪਤਾ ਨਹੀਂ ਇੱਥੇ ਛੋਟੀ ਜਿਹੀ ਗੱਲ 'ਤੇ ਵੀ ਮੁਜ਼ਾਹਰੇ ਕਰਨੇ ਪੈਂਦੇ ਆ ਧਰਨੇ ਕਰਨੇ ਪੈਂਦੇ ਆ ਅਫਸਰ ਘੇਰਨੇ ਪੈਂਦੇ ਆ ਇਹ ਜਦੋਂ ਝੋਨੇ ਨੂੰ ਅਸੀਂ ਅੱਗਾ ਲਾਉਂਦੇ ਹਾਂ ਪਰਾਲੀ ਫੂਕਦੇ ਹਾਂ ਜਿਹੜੀ ਮਜ਼ਬੂਰੀ ਹੁੰਦੀ ਹੈ ਉਦੋਂ ਇਹ ਕਹਿੰਦੇ ਆ ਕਿ ਸਾਡੇ ਰਡਾਰ ਫਿਰਦੇ ਹੁੰਦੇ ਆ ਉੱਪਰ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਅੱਗ ਕਿੱਥੇ ਲਾਈ ਹੈ ਕੀ ਨਹੀਂ ਲਾਈ ਹੈ ਹੁਣ ਅਸੀਂ ਸਵਾਲ ਕਰਨਾ ਚਾਹੁੰਦੇ ਹਾਂ ਅਫਸਰ ਸਫਾਈ ਨੂੰ ਕਿ ਤੁਹਾਡੇ ਕਿੱਧਰ ਗਏ ਉਪਗ੍ਰਹਿ ਉਹ ਰਡਾਰ ਕਿੱਧਰ ਗਏ ਕਿ ਦੀਂਦਾ ਨਹੀਂ ਕਿ ਉੱਥੇ ਕਿੰਨੀ ਗੰਦਗੀ ਫੈਲਦੀ ਹੈ ਆਹ ਲਿਪੀ ਦੇ ਨਾਲ ਲਿਪੀ ਸਕਿਨ ਦੇ ਨਾਲ ਬਹੁਤ ਸਾਰੀਆਂ ਗਾਵਾਂ ਮਰੀਆਂ ਨੇ ਮੈਂ ਤਾਂ ਉਹ ਦੇਖਿਆ ਨਹੀਂ ਹੱਡਾ ਰੂੜੀ ਕਿਹਦੇ ਵਾਹਨ ਦੇ ਵਿੱਚ ਹੈ ਕਿ ਉਹਨੇ ਲੱਖਾਂ ਰੁਪਇਆ ਕਮਾ ਲਿਆ ਵੜ ਵੜ ਕੇ ਉਹ ਮਾਸ ਵੀ ਵੇਚਦੇ ਹੈ ਬਾਕੀ ਦੇ ਕੁਤਰੇ ਕਰਕੇ ਮੱਸੀ ਦੇ ਉਹਦੇ ਫਾਰਮਾਂ ਦੇ ਵਿੱਚ ਸਿੱਟਦੇ ਹੈ ਹੱਡ ਵੀ ਵੇਚੀ ਜਾਂਦੇ ਆ ਚਲੋ ਅੱਡ ਗੱਲ ਹੀ ਵਿਚਰਨ ਪਰ ਜਿੱਥੇ ਲੋਕਾਂ ਨੂੰ ਤਕਲੀਫ ਹੈ ਉੱਥੋਂ ਹਟਾ ਕੇ ਕਿਸੇ ਹੋਰ ਜਗ੍ਹਾ 'ਤੇ ਲਿਜਾਈ ਜਾ ਸਕਦੀ ਹੈ ਇਸੇ ਮੰਗ ਨੂੰ ਲੈ ਕੇ ਆਇਆ ਜੇਕਰ ਅਫਸਰਾਂ ਨੇ ਆਪਦੇ ਕੰਨਾਂ ਦੀ ਮੈਲ ਨਾ ਕੱਢੀ ਤਾਂ ਫਿਰ ਇਹ ਕਿਸਾਨ ਕੱਢਣਗੇ ਮਸਲਾ ਹੱਲ ਕਰਵਾਏ ਤੋਂ ਬਿਨਾਂ ਅੰਦੋਲਨ ਹੈ ਜਿਹੜਾ ਉਹ ਸਮਾਪਤ ਨਹੀਂ ਹੋਊਗਾ ਅੱਜ ਨਹੀਂ ਤਾਂ ਕੱਲ੍ਹ ਕੱਲ੍ਹ ਨਹੀਂ ਤਾਂ ਪਰਸੋਂ ਇਹ ਅਫਸਰ ਜਾਣਦੇ ਚੰਗੀ ਤਰ੍ਹਾਂ ਕਿ ਜਾਇਜ਼ ਮੰਗ ਹੈ ਇਹਨੂੰ ਹੱਲ ਕਰਨ ਉਹਨਾਂ ਚਿਰ ਅੰਦੋਲਨ ਜਾਰੀ ਰਹੂਗਾ